16 ਦਿਨ ਹੋ ਗਏ ਨੇ ਸੁਬਾਹ। ਦੂਸਰਾ ਜੀ ਅੱਟਾਂ ਸੁੱਟ ਗਈ ਜੀ। ਠੀਕ ਹੈ, ਸਾਫ਼ ਹੋ ਗਈ, ਅੱਟਾਂ ਵਗੈਰਾ ਸੁੱਟ ਗਈ, ਲਿਬਾਸ ਚੰਗਾ ਕੀਤਾ ਮਾਸ਼ਾਅੱਲਾ ਜੀ। ਅਸਲਾਮੁਅਲੈਕੁਮ ਸੱਜਣੋ ਤੇ ਬੇਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਿਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੋਗੇ ਇਸ ਟਾਈਮ ਫਹਰੇ ਸਿਆਲਕੋਟ। ਸਿਆਲਕੋਟ ਦੇ ਨਾਮਵਰ ਤੇ ਨੌਜਵਾਨ ਵਪਾਰੀ ਫੈਸਲ ਬਾਜਵਾ ਸਾਹਿਬ ਦੇ ਡੇਰੇ ਤੋਂ ਮੌਜੂਦ ਹਾਂ ਤੇ ਮਾਸ਼ਾਅੱਲਾ ਜੀ ਭਾਈ ਫੈਸਲ ਸਾਹਿਬ ਨੇ ਦਿਲੋਸ਼ ਕੀਤਾ ਮਿਹਨਤ ਕਰਕੇ ਦੋਸਤਾਂ ਵਾਸਤੇ 6 ਖੂਬਸੂਰਤ ਟਾਪ ਕਲਾਸ ਅਸਲੀ ਤੇ ਨਸਲੀ ਗਾਵਾਂ ਲੈ ਕੇ ਆਏ ਨੇ, ਜਿਨ੍ਹਾਂ 'ਚ ਮਾਸ਼ਾਅੱਲਾ ਜੀ 18-20 ਕਿਲੋ ਦੁੱਧ ਵਾਲੀਆਂ ਗਾਵਾਂ ਵੀ ਮੌਜੂਦ ਨੇ। ਇਸ ਤੋਂ ਇਲਾਵਾ ਇੱਕ ਝੋਟੀ ਦਾ ਵੀ ਸ਼ੋਅ ਕਰਵਾਵਾਂਗੇ, ਕਮ ਅਜ਼ ਕਮ ਕੀਮਤ ਜੀ 2,10,000 ਸਾਰੇ ਜਾਨਵਰਾਂ ਦੀ ਤਸੱਲੀ ਕਰਵਾਉਂਦੇ ਹਾਂ ਕਿ ਇਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਜਾਇਜ਼ ਮੁਨਾਸਿਬ ਰੇਟ ਹੈ ਉਹ ਵੀ ਮਲੂਮ ਕਰਨਾ। ਭਾਈ ਫੈਸਲ ਸਾਹਿਬ ਆਓ ਜੀ ਸਾਹਮਣੇ ਜੀ। ਅਸਲਾਮੁਅਲੈਕੁਮ ਜੀ। ਭਾਈ ਫੈਸਲ ਸਾਹਿਬ ਕੀ ਹਾਲ ਹੈ? ਠੀਕ ਹੋ? ਅੱਲਾਹ ਦਾ ਬੜਾ ਕਰਮ, ਤੁਸੀਂ ਸੁਣਾਓ ਹਰਾ ਸਾਹਿਬ? ਅੱਲਾਹ ਪਾਕ ਦਾ ਬੜਾ ਸ਼ੁਕਰ ਹੋ ਜੀ, ਜ਼ਾਤ ਦਾ ਬੜਾ ਕਰਮ ਹੈ। ਸਿਲਸਿਲਾਵਾਰ ਵੀਡੀਓ ਵਿੱਚ ਸ਼ੌਕ ਅੱਛਾ ਕਰਵਾਉਂਦੇ ਹੋ ਮਾਸ਼ਾਅੱਲਾ ਜੀ, ਮਾਲ ਅੱਜ ਵੀ ਚੰਗਾ ਵੇ, ਨਸਲੀ ਮਾਲ ਹੈ ਦੋਸਤਾਂ ਨੂੰ, ਫਿਰ ਆਪਣਾ ਤੇ ਆਪਣੇ ਡੇਰੇ ਦਾ ਵੀ ਮੁਕੰਮਲ ਤਾਰਫ ਕਰਵਾ ਦਿਓ ਹਰਾ ਸਾਹਿਬ। ਜ਼ਿਲ੍ਹਾ ਸਿਆਲਕੋਟ ਤਹਿਸੀਲ ਬਸਰੂਰ, ਹਰਾ ਸਾਹਿਬ ਡੇਰਾ ਤਕਰੀਬਨ ਭਾਗਲ ਤੋਂ 3 ਕਿਲੋਮੀਟਰ ਤੇ ਚੁੰਡੇ 3 ਕਿਲੋਮੀਟਰ ਉੱਤੇ ਮੈਂ ਡੇਰਾ ਸਰ ਦੇਖੋ ਭਰਾਵਾਂ ਚੌਂਕ ਬਲੋੜੇ ਦੇ ਨਜ਼ਦੀਕ ਨਜ਼ਦੀਕ ਮਸ਼ਹੂਰ ਹੈ ਸਾਰਾ ਮਾਸ਼ਾਅੱਲਾ। ਠੀਕ ਹੈ, ਤੇ ਡੇਰਾ ਹਰਾ ਸਾਹਿਬ ਬਹੁਤ ਨਾਮ ਮਸ਼ਹੂਰ ਹੈ, ਬਹੁਤ ਨਾਮ ਕੋਈ ਮਨੋਰ ਸਨ ਜੀ। ਬਿਹਤਰ ਹੋ ਗਿਆ, ਇਹ ਸਾਹਮਣੇ ਮੇਨ ਰੋਡ ਹੈ ਜੀ, ਚੌਂਕ ਬਲੋੜੇ ਦੇ ਬਿਲਕੁਲ ਹੀ ਨਜ਼ਦੀਕ ਹੈ, ਗ੍ਰੇਡ ਸਟੇਸ਼ਨ ਵੀ ਨਜ਼ਦੀਕ ਹੈ ਨਾਲ ਹੀ, ਤੇ ਭਾਗਵਾਲ ਤੇ ਚਵਿੰਡੇ ਤੋਂ ਤਕਰੀਬਨ 3-3.5 ਕਿਲੋਮੀਟਰ ਖੜਾ ਕੀ ਅੱਜ ਖੜਾ ਇਨਸ਼ਾਅੱਲਾ ਭਰਾਵਾਂ ਨੂੰ ਇਨਸ਼ਾਅੱਲਾ ਖੜਾ ਕੇ ਚਾਹ ਸਾਹੀ ਦੀ ਦੋਸਤਾਂ ਨੂੰ ਇਨਸ਼ਾਅੱਲਾ ਪਿਛਲੀ ਵੀਡੀਓ ਨਾਲ ਇਨਸ਼ਾਅੱਲਾ ਆਤਮ ਆਤਮ ਆਪ ਸਭ ਕਿਧਰੋਂ ਸ਼ੁਰੂ ਕਰਨ ਲੱਗੇ ਹੋ? ਬ੍ਰਾਂਡਾਂ ਤੋਂ ਹੀ ਸ਼ੁਰੂ ਕਰੋ ਜੀ, ਇਹਨੇ ਕਿ ਥੱਲੀ ਉਤਾਣ ਨੂੰ ਜਾਣਾ ਉੱਥੋਂ ਥੱਲੇ ਨੂੰ ਆਉਣਾ, ਆਇਓ ਫਿਰ ਉੱਥੋਂ ਥੱਲੇ ਆਉਣਾ। ਇਹ ਮਾਸ਼ਾਅੱਲਾ ਜੀ ਆ ਗਈ ਹੈ ਜੀ ਨੰਬਰ 1 ਤੇ ਅੱਜ ਦੀ ਵੀਡੀਓ ਦਾ ਤੋਹਫਾ, ਖੂਬਸੂਰਤ ਅਸਲੀ ਤੇ ਨਸਲੀ ਬ੍ਰਾਂਡ ਜਾਨਵਰ ਨੇ, ਕੁਆਲਿਟੀ ਦੋਸਤਾਂ ਵੇਖ ਲੈਣੀ ਹੈ, ਕੰਨ ਛੋਟੇ ਨੇ, ਜਸਾਮਤ ਕਿੱਡੀ ਹੈ, ਮੱਥੇ 'ਚ ਬੈਂਡ ਵੀ ਹੈ ਮਾਸ਼ਾਅੱਲਾ ਜੀ। ਭਾਈ ਜ਼ਰਾ ਸਕੂਨ ਨਾਲ ਸਲੋ ਕੇ ਸੋਹਣੀ ਜੀ ਵੀਡੀਓ ਬਣਾਉਣੀ, ਇੱਥੇ ਖਿਲਾ ਰਹੇ ਜ਼ਰਾ ਕੈਮਰੇ 'ਚ ਮੁਕੰਮਲ ਨਜ਼ਰ ਆਏ ਜੀ। ਭਾਈ ਫੈਸਲ ਸਾਹਿਬ ਭਰਾ ਸਾਹਿਬ ਸੁਆਦ, ਦੂਸਰਾ ਗਰੀ ਦਾ ਅੱਛਾ ਦੁੱਧ ਮਾਸ਼ਾਅੱਲਾ ਹੈ ਬਾਈ, ਇਹ ਲੋਕ ਭਰਾਵਾਂ ਨੂੰ 20 ਕਿਲੋ ਚੁਆਵਾਂਗੇ, 20 ਕਿਲੋ ਦੁੱਧ ਦੀ ਗਰੰਟੀ ਹੈ, ਸੋਹਣੇ ਪਾਵਰਫੁਲ ਮੁੱਠੀ ਮੱਝਾਂ ਵਾਲੇ ਥਣ ਲੱਗੇ ਨੇ, ਜਾ ਤੇ ਖੜੋ ਭਾਈ ਲੰਮੀ ਟੁਰ ਕੇ ਜ਼ਰਾ, ਕਿੱਦਾਂ ਦੀ ਸੂਈ ਹੈ ਜੀ? ਭਰਾ ਸਾਹਿਬ ਸੂਈਆਂ 'ਚ ਹੋ ਗਏ ਨੇ ਕੋਈ 16 ਦਿਨ, 16 ਕੁ ਦਿਨ ਹੋ ਗਏ ਨੇ ਸੁਬਾਹ। ਦੂਸਰਾ ਜੀ ਅੱਟਾਂ ਸੁੱਟ ਗਈ ਜੀ। ਠੀਕ ਹੈ, ਸਾਫ਼ ਹੋ ਗਈ, ਅੱਟਾਂ ਵਗੈਰਾ ਸੁੱਟ ਗਈ, ਲਿਬਾਸ ਚੰਗਾ ਕੀਤਾ ਮਾਸ਼ਾਅੱਲਾ ਜੀ, 20 ਕਿਲੋ ਦੁੱਧ ਦੀ ਗਰੰਟੀ ਹੈ, ਦਿਨ ਤਕਰੀਬਨ 16 ਕੁ ਹੋ ਗਏ ਨੇ, ਜਾ ਕੀ ਪਿੱਛੇ ਦੇ ਇਹ ਪਿੱਛੇ ਦੇ ਬੱਚਾ ਮਾਸ਼ਾਅੱਲਾ ਜੀ, ਜਾ ਵੀ ਦੋਸਤਾਂ ਵੇਖ ਲੈਣਾ, ਲਿਆਓ ਭਾਈ ਲੰਮੀ ਟੁਰ ਕੇ ਜ਼ਰਾ, ਵੈਡ ਨੰਬਰ 1 ਚੈੱਕ ਕਰਵਾਉਂਦੇ ਆਪੇ ਮਾਸ਼ਾਅੱਲਾ ਜੀ, ਜਸਾਮਤ ਵੱਡੀ, ਕੰਨ ਛੋਟੇ, ਨਸਲ ਕੀ ਜੀ? ਜਰਸੀ ਕ੍ਰਾਸ। ਠੀਕ ਹੈ ਜੀ, ਜਰਸੀ ਤੇ ਰੈਡ ਫਰੀਜ਼ੀਅਨ ਦੁੱਧ ਦੀ ਰੰਗਤ ਵੀ ਸਫੇਦ, ਦੁੱਧ ਹੋਏ ਦਾ ਵੀ ਗਾੜਾ ਤੇ ਗਰਮੀ ਵੀ ਨਹੀਂ ਕਰੇ ਜੀ ਇਨਸ਼ਾਅੱਲਾ ਮਾਸ਼ਾਅੱਲਾ ਜੀ। ਆਪ ਸਾਹਿਬ ਜ਼ਰਾ ਸਿੱਧੀ ਕਰਿਓ, ਸ਼ੌਕ ਪੂਰਾ ਕਰਵਾਇਓ ਭਾਈ ਫੈਸਲ ਦੀ ਮਿਹਨਤ, ਜੇ ਅੱਜ ਦੀ ਵੀਡੀਓ ਦਾ ਬ੍ਰਾਂਡ ਜੇ ਸ਼ੋਅ ਪੀਸ ਹੈ, ਫਿਰ ਲਿਆਓ ਜ਼ਰਾ ਟੋਰ ਕੇ, ਮੈਂ ਤੇ ਕਹਿੰਦਾ ਸ਼ੌਕ ਪੂਰਾ ਕਰਵਾਓ ਭਰਾ, ਕੀ ਹਾਲ ਹੈ ਜੀ? ਤੁਸੀਂ ਆ ਤੇ ਗਏ ਆ, ਚਿਹਰਾ ਵੀ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ, ਘਾਹ ਵੀ ਚੁੱਕੀ, ਲਿਬਾਸ ਵੀ ਚੰਗਾ ਕੀਤਾ ਵੇ, ਰੈਡ ਫਰੀਜ਼ੀਅਨ ਤੇ ਜਰਸੀ ਕ੍ਰਾਸ ਲਿਆਓ ਭਾਈ ਪ੍ਰਤਾਪ ਕੇ ਪਿੱਛੇ ਦੇ ਬੱਚਾ, 20 ਕਿਲੋ ਦੁੱਧ ਦੀ ਗਰੰਟੀ ਹੈ, ਅੱਜ ਦੀ ਵੀਡੀਓ ਦਾ ਬ੍ਰਾਂਡ ਹੈ, ਇਸ ਸਾਈਡ ਤੇ ਲੈ ਆਵੋ ਜੀ ਲਿਆਓ ਭਾਈ ਪ੍ਰਤਾਪ ਕੇ, ਲੈ ਚਲੋ ਜੀ ਸਿੱਧਾ ਰੂਟ ਹੀ ਅਪਣਾ ਲਵੋ ਭਰਾ ਸਾਹਿਬ, ਕੋਈ ਮੰਗਣ ਦੀ ਲੋੜ ਨਹੀਂ ਹੈ, ਐਡੀ ਸੌਸੀ ਦੀ। ਠੀਕ ਹੈ, ਕੀ ਰੇਟ ਹੈ ਜੀ ਭਾਈ ਫੈਸਲ ਸਾਹਿਬ? ਵੈਡ ਨੰਬਰ 1 ਸਾਹਿਬ ਰੇ ਭਰਾਵਾਂ ਨੂੰ ਤੋਹਫਾ ਦੇਣਾ ਜਾਂ ਇਨਸ਼ਾਅੱਲਾ, ਰੇਟ ਸੋਨੇ ਖੜਾ ਕਲੇ, ਰੇਟ ਸੋਨਾ ਹੋਏਗਾ, ਫੌਜੀ ਸਾਹਿਬ ਦਾ ਨਾਮ ਵਜੇ ਪੂਰਾ ਇਨਸ਼ਾਅੱਲਾ, ਉਹ ਥੋੜਾ ਥੋੜਾ ਕਹਿੰਦਾ ਰੱਬ ਅੱਲਾਹ ਕਰਮ ਨਾਲ। ਠੀਕ ਹੈ, ਅਸੀਂ 5 ਲੱਖ ਬੰਦਾ ਜਿਹੜਾ ਕਾਨੂੰਨ ਆ ਨੇ।
ਬਾਰਾਂ ਤੇਰਾਂ ਦਿਨ ਹੋ ਗਏ ਨੇ ਮਾਸ਼ਾਅੱਲਾ ਜੀ ਠੀਕ ਹੈ ਠੀਕ ਹੈ ਅੱਟ ਲੱਗੇ ਨਵਾਏ ਮੁੰਡਿਆਂ ਦੇ ਅੱਟ ਲੱਗੀ ਜੇ ਹੁਣ ਅੱਟਾਂ ਸੁੱਟਦੀ ਆ ਬਈ ਲੱਗੀ ਅੱਟਾਂ ਐ ਚਾਰ ਦੰਦ ਦੇ ਬਿਲਕੁਲ ਬਾਈ ਇੱਥੇ ਖਿਲਾਰੇ ਜ਼ਰਾ ਇੰਜ ਲੰਮੀ ਖਿਲਾਰੋ ਕੈਮਰੇ 'ਚ ਪੂਰੀ ਨਜ਼ਰ ਆਏ ਸੁਬਾ ਪਹਿਲਾਂ ਵੇ ਚਾਰ ਦੰਦ ਦੇ ਹਾਈਟ ਵੇਖ ਲੈਣੀ ਮਾਸ਼ਾਅੱਲਾ ਜੀ ਹੈ ਵੀ ਕਾਦਾ ਬਰੇ ਸਾਰੀਆਂ ਪਹਿਲਾਂ ਵੜਾਂ ਦੀ ਇੰਨੀ ਹਾਈਟ ਕਾਦੀ ਨਹੀਂ ਹੁੰਦੀ ਬੱਚਾ ਕਿਹਾ ਬੱਚਾ ਫਰਾਸ ਆ ਬੱਚਾ ਦੇਖੋ ਆ ਚੈੱਕ ਕਰੋ ਮਾਸ਼ਾਅੱਲਾ ਪੂਰੀ ਤਸੱਲੀ ਕਰਾ ਬਹਿ ਕੇ ਥੱਲੇ ਜ਼ਰਾ ਐ ਜਾ ਸਾਈਡ ਤੇ ਵੇ ਕਿਆ ਭਾਈ ਜੀ ਸ਼ਰਫ ਚੈੱਕ ਕਰਵਾਉਂਦੇ ਨੇ ਵੇ ਐਡਾ ਕੱਦ ਇੰਨਾ ਦੁੱਧ ਇੰਨੀ ਨਸਲ ਦੁੱਧ ਕਿੰਨਾ ਦੇ ਕੋਲ ਦੁੱਧ ਮਾਸ਼ਾ ਦੋ ਟਾਈਮ ਦੇ ਲਾਂਗੇ ਪਰ ਹੁਣ 15 ਲੀਟਰ ਪੂਰਾ ਹੋਗਾ ਦੋ ਟਾਈਮ ਦਾ 15 ਕਿਲੋ ਜਾ ਕੀ ਪਿੱਛੇ ਦੇ ਪਿੱਛੇ ਬਛਾ ਦੇ ਐ ਪਿੱਛੇ ਦੇ ਬਛਾ ਮਾਸ਼ਾਅੱਲਾ ਜੀ ਬਛਾ ਵੀ ਦੋਸਤਾਂ ਵੇਖ ਲੈਣਾ ਤੁਸੀਂ 15 ਦਾ ਵੀ 14 ਕਰੋ 14 ਕਰ ਲਓ ਠੀਕ ਹੈ ਜੀ ਅੱਟਾਂ ਸੁੱਟਦੀ ਹੈ ਭਈ ਅੱਟਾਂ ਲੱਗੀ ਫਰਾਸਾ ਨਸਲ ਕੀ ਜਦੀ ਅੱਛੀ ਹੈ ਈਜ਼ੀ ਹੋ ਗਿਆ ਆਪ ਸਾਹਿਬ ਸੁਬਾ ਪਹਿਲਾ ਵੇ ਚਾਰ ਦਾਂ ਦੇ ਮਾਸ਼ਾਅੱਲਾ ਜੀ ਕਾਲੇ ਥਣ ਲੱਗੇ ਨਾਲ ਕੀ ਜੀ ਟੁਰ ਕੇ ਲੈ ਚਲੋ ਜੀ 14 ਕਿਲੋ ਦੁੱਧ ਦੀ ਗਰੰਟੀ ਹੈ 12 13 ਦਿਨ ਹੋ ਗਏ ਨੇ ਮਾਸ਼ਾਅੱਲਾ ਜੀ ਨਸਲ ਕੀ ਭਾਈ ਫੈਸਲ ਸਾਹਿਬ ਜਰਸੀ ਦਾ ਫਰੀਜ਼ੀਅਨ ਦੇ ਜਰਸੀ ਤੇ ਫਰੀਜ਼ੀਅਨ ਕੀ ਰੇਟ ਹੈ ਇਹਦਾ ਵੀ ਸੋਣਾ ਜਾ ਅਰੇ ਫਰਾਸ ਸਾਹਿਬ ਭਰਾਉਣ ਦੇ ਆ ਜਾਵਾਂਗੇ 340000 ਰੁਪਏ ਦਾ ਫਰਾਸ 340 ਇੰਨਾ ਦੁੱਧ ਦੇ ਨਸਲ ਇੰਨਾ ਕੱਦ ਦਾ ਰੇਟ ਮناسب ਹੋ ਇਨਸ਼ਾਅੱਲਾ ਬਿਹਤਰੀਨ ਹੋ ਗਿਆ ਅਗੇ ਭਾਈ ਲਓ ਜੀ ਨੰਬਰ 3 ਨਾਲ ਅਗੇ ਆ ਗਈ ਮਾਸ਼ਾਅੱਲਾ ਜੀ ਨੰਬਰ 3 ਤੇ ਆ ਗਈ ਵੱਡੀ ਜਸਾਮਤ ਤੇ ਥਾਣੇ ਤੇ ਵੀ ਸੋਹਣੇ ਪਾਵਰਫੁਲ ਮੱਝਾਂ ਦੇ ਲੱਗੇ ਨੇ ਕਾਲੀਆਂ ਅੱਖਾਂ ਨੇ ਸੁਰਮਾ ਖੁਦ ਪਾਇਆ ਤੁਸੀਂ ਅੱਲਾ ਵਾਲੀ ਮਾਸ਼ਾਅੱਲਾ ਜੀ ਕਿਨਵਾ ਸੁਆਦ ਕਿਦਾਂ ਦੀ ਸੂਈ ਹੈ ਰਾਤ ਦੀ ਸੂਈ ਹੈ ਬੋਲੇ ਦੇ ਵਿੱਚ ਆਈ ਹੈ ਕੀ ਕੀਤੀ ਹੈ ਅਸਾਂ ਦਾ ਸੂਈ ਹੈ 12 ਵਜੇ ਅੱਛਾ ਸਵੇਰ ਤੋਂ ਆਈ ਹੈ ਪਹਿਲੀ ਚਾਈ ਤੋਂ 10 ਕਿਲੋ ਬੋਲਾ ਠੀਕ ਹੈ ਬਾਕੀ ਹੁਣ ਚਾਈ ਹੋਈ ਹੈ ਪਹਿਲੀ ਚਾਈ ਚ ਤਕਰੀਬਨ ਕੋਈ 10 ਕਿਲੋ ਬੋਲੀ ਕੱਢੀ ਹੈ ਰਾਤ ਦੀ ਸੂਈ ਹੈ ਸਵਾਦ ਦੂਸਰਾ ਵੇ ਸੇਮ ਇੱਕ ਹੀ ਕਲਰ ਹੈ ਜਾ ਕੀ ਪਿੱਛੇ ਦੇ ਪਿੱਛੇ ਬੱਚੀ ਜੇ ਇਹ ਪਿੱਛੇ ਬੱਚੀ ਕਰਮ ਵਾਲੀ ਹੈ ਵੀ ਦੋ ਨੇ ਨਾੜੂ ਦੋਸਤਾਂ ਵੇਖ ਲੈਣਾ ਜੀ ਨਾੜੂ ਵੀ ਚੈੱਕ ਕਰਨਾ ਬੱਚੀ ਦਾ ਚਿਹਰਾ ਵੀ ਦੋਸਤਾਂ ਨੂੰ ਚੈੱਕ ਕਰਵਾ ਦਿੰਦੇ ਆ ਮਾਸ਼ਾਅੱਲਾ ਜੀ ਬਾਈ ਲਿਆ ਜ਼ਰਾ ਲੰਮੀ ਟੋਰ ਕੇ ਰਵੇਲ ਕਾਫੀ ਹੈ ਸੇਮ ਇੱਕ ਹੀ ਕਲਰ ਹੈ ਗਰਮੀਆਂ ਦਾ ਤੋਹਫਾ ਹੀ ਮਾਸ਼ਾਅੱਲਾ ਦਾ ਨਸਲ ਦਾ ਇੰਨਾ ਕਾਦ ਦੀ ਲਾਮ ਘਟੀ ਹੋਏਗੀ ਨਸਲੇ ਵੱਡੀ ਜੀ ਸਾਮਤ ਮਾਸ਼ਾਅੱਲਾ ਜੀ ਲੈ ਚਲੋ ਭਾਈ ਜਾਨ ਤੇ ਥਾਣ ਵੀ ਸੋਹਣੇ ਪਾਵਰਫੁਲ ਦੋਰੇ ਮੱਝਾਂ ਲੈ ਜੀ ਫਰਾਸ ਨੇ ਕੋਰ ਗੱਲ ਦੇ ਬਗੈਰ ਮੰਗੇ ਤੋਰੇ ਸਿੱਧੀ ਸੌਸੀ ਦੇ ਠੀਕ ਹੈ ਨਸਲ ਕੀ ਜੀ ਥਾਣ ਮੁੱਠੇ ਦਾ ਨਸਲ ਜੀ ਦੇ ਸਾਈਵਾਲ ਤੋਂ ਵਲੈਤੀ ਕਰਾਸ ਵਲੈਤੀ ਤੇ ਸਾਈਵਾਲ ਕਰਾਸ ਮਜ਼ਬੂਤ ਕਰਾਸ ਗਰਮੀਆਂ ਦਾ ਤੋਹਫਾ ਤੇ ਗਰਮੀ ਨਹੀਂ ਕਰੇ ਇਨਸਾਨ ਸਾਹਿਬ ਮੇਰਾ ਸਾਰਾ ਮਾਲ ਤੋਹਫਾ ਹੈ ਸਦਾ ਜ਼ਿੰਦਾਬਾਦ ਇਹ ਜਿਹੜਾ ਮੌਸਮ ਹੁਣ ਆ ਗਿਆ ਨਾ ਇਹਨੇ ਵੱਡੀਆਂ ਛਾਲਾਂ ਮਾਰਨੀਆਂ ਚਾਸਾਂ ਦੀ ਹੋਣੀ ਦੁੱਧ ਦੇ ਭਾਰ ਕੋਨੇ ਤੇ 500 ਰੁਪਏ ਵਿਚਾ ਕੋ ਆ ਬਿਲਕੁਲ ਜੀ ਇਹਨੇ ਕਿਲੋ ਹੋਰ ਗਰਮੀ ਕਰਨ ਦੀ ਲਓ ਜੀ ਰੇਟ ਵੀ ਇਹਦਾ ਸੁਣਾ ਜਾ ਅਰੇ ਫਰਾਸ ਸਾਹਿਬ 3,65,000 ਜੀ ਬਿਹਤਰ ਹੋ ਗਿਆ ਮਾਸ਼ਾਅੱਲਾ ਜੀ ਨੰਬਰ 3 ਤੇ ਚੈੱਕ ਕਰਵਾਈਏ ਕੀਮਤ ਡਿਮਾਂਡ 3,65 ਅਗੇ ਭਾਈ ਲਓ ਜੀ ਨੰਬਰ 4 ਵਾਲੀ ਅੱਗੇ ਆ ਗਈ ਜੀ ਨੰਬਰ 4 ਤੇ ਹਾਈਟ ਦੋਸਤਾਂ ਦੀ ਵੀ ਚੈੱਕ ਕਰਨੀ ਹੈ ਥਾਣਾ ਤੇ ਮਾਸ਼ਾਅੱਲਾ ਜੀ ਸੋਹਣੇ ਪਾਵਰਫੁਲ ਮੱਝਾਂ ਦੇ ਦੋਰੇ ਲੱਗੇ ਨੇ ਜਾ ਤੇ ਲੈ ਚਲੋ ਜੀ ਕਿਨਵਾ ਸੂਈ ਹੈ ਜੀ ਸੁਬਾ ਪਹਿਲਾ ਕਿਦਾਂ ਦੀ ਸੂਈ ਹੈ ਜੀ ਪਰਸੋਂ ਦੀ ਬੋਲੇ ਤੇ ਵੇ ਸੁਬਾ ਪਹਿਲਾ ਸੂਈ ਹੈ ਪਿੱਛੇ ਬੱਛਾ ਜੇ ਕਾਦਾ ਬਾਰੇ ਪਹਿਲਵਾਨ ਪਹਿਲੇ ਨੇ ਇਹ ਪਿੱਛੇ ਦੇ ਬੱਛਾ ਮਾਸ਼ਾਅੱਲਾ ਜੀ ਜਿਆਦਾ ਨਾੜੂ ਵੀ ਦੋਸਤਾਂ ਵੇਖ ਲੈਣਾ ਬੋਲਾ ਕਿੰਨਾ ਕਿਤੇ ਕੋਲ ਫਰਾਸ ਸਾਹਿਬ ਬੋਲਾ ਦੋਵਾਂ ਟਾਈਮਾਂ ਦਾ ਕੋਈ 11 ਲੀਟਰ ਹੈ ਜੇ ਦੋਵਾਂ ਟਾਈਮਾਂ ਦਾ ਟੋਟਲ ਬੱਚਾ ਸਮੇਤ ਫਿਲਹਾਲ ਜਿਹੜਾ ਮੌਜੂਦਾ ਬੋਲਾ ਵੇ 11 ਕਿਲੋ ਵੇ ਹਾਈਟ ਵੇਖਣੀ ਹੈ ਸੇਮ ਇੱਕ ਹੀ ਕਲਰ ਹੈ ਗਰਮੀਆਂ ਦਾ ਵੀ ਤੋਹਫਾ ਭਈ ਦਾ ਚਿਹਰਾ ਵੀ ਸਾਹਮਣੇ ਕਰਿਓ ਜੀ ਕਿੰਨੇ ਦੰਦੇ ਜੀ ਭਾਈ ਫਸਲ ਸਾਹਿਬ ਚਿਹਰਾ ਸਾਹਮਣੇ ਕਰਿਓ ਸਰ ਲੱਗਣਾ ਆਪੇ ਲੈਂਦੇ ਕਿੰਨੇ ਦੰਦੇ ਮੂੰਹ ਪੂਰੀ ਹੈ ਜਵਾਨ ਹਾਂਜੀ ਲੈ ਚਲੋ ਜੀ ਆ ਸਾਹਿਬ ਜੀ ਭਾਈ ਫਸਲ ਸਾਹਿਬ ਕੀ ਰੇਟ ਹੈ ਜੀ ਵੈਡ ਨੰਬਰ 4 ਦਾ ਫਰਾਸ ਸਾਹਿਬ ਰੇਟ ਭਰਾ ਹੁਣ ਤੋਹਫਾ ਦੇਣ ਰੋ ਰੇਟ ਹੈ 270 2,70,000 ਹਾਂਜੀ ਪਹਿਲਨ ਵੈਡ ਪਿੱਛੇ ਬੱਚਾ ਕੀਮਤ 270 ਫਰਾਸ ਸਾਹਿਬ ਇਹ ਕਾਦਾ ਮੁੱਲ ਹੈ ਘੱਟ ਕਰੋ ਦਾ ਪ੍ਰਾਨ ਕਰੋ
ਪੈਂਟ ਆਪ ਸਭ ਕਹਿ ਰਹੇ ਪੈਂਟ ਕਰੋ ਪੈਂਟ ਫਾਈਨਲ ਹੋ ਜਾਏਗਾ ਪੈਂਟ ਫਾਈਨਲ ਇਹ ਫਰਾ ਸਾਹਿਬ ਦਾ ਕੱਦ ਦਾ ਮੁੱਲ ਹੈ ਦੁੱਧ ਦਾ ਮੁੱਲ ਨਹੀਂ ਹੈ ਕੱਦ ਨਸਲ ਦਾ ਮੁੱਲ ਹੈ ਠੀਕ ਹੈ ਅੱਗੇ ਭਾਈ ਲਓ ਜੀ ਨੰਬਰ 5 ਚੱਲੀ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 5 ਤੇ ਕੀ ਬਾਤ ਹੈ ਜੀ ਗਾਵਾਂ ਅੱਜ ਜਿੰਨੀਆਂ ਵੀ ਨੇ ਸਾਰੀਆਂ ਦੇ ਥਣ ਚੰਗੇ ਪਾਵਰਫੁਲ ਨੇ ਇਹਦੇ ਸਾਨੂੰ ਦੋਸਤਾਂ ਫਿਰ ਵੇਖਣੇ ਨੇ ਮਾਸ਼ਾਅੱਲਾ ਜੀ ਕਿੰਨਵਾਂ ਸੁਆ ਜੀ ਦਾ ਰਾਤਾ ਸੁਆ ਦੂਸਰਾ ਦਾ ਸੁਆ ਦੂਸਰਾ ਕਿਦਾਂ ਦੀ ਸੂਈ ਹੈ ਸੁਆ ਜਿਹੜੇ ਬੰਦੇ ਹੋ ਗਏ ਨੇ ਕਿ 4-5 ਦਿਨ 4 ਤੋਂ 5 ਦਿਨ ਹੋ ਗਏ ਨੇ ਮਾਸ਼ਾਅੱਲਾ ਜੀ ਭਾਈ ਖਿਲਾ ਰਿਓ ਜਾ ਕੀ ਪਿੱਛੇ ਪਿੱਛੇ ਇਹ ਪਿੱਛੇ ਬੱਚੀ ਕਰਮ ਵਾਲੀਆਂ ਦੋ ਹੀ ਨੇ ਨੰਬਰ 5 ਤੇ ਚੈੱਕ ਕਰਵਾਉਂਦੇ ਆਪੇ ਦੁੱਧ ਕਿੰਨਾ ਕਿਹਦੇ ਕੋਲ ਦੋਵਾਂ ਟਾਈਮ ਦਾ 12 ਲੀਟਰ ਹੈ ਆਪ ਸਾਹਿਬ ਇਹਨਾਂ ਦਾ ਲੰਮੀ ਟੋਲ ਗਿਆ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ ਦੁੱਧ 12 ਕਿਲੋ ਵੇ ਸੇਮ ਇੱਕ ਹੀ ਕਲਰ ਵਿੱਚ ਗਰਮੀਆਂ ਦਾ ਵੀ ਤੋਹਫਾ ਹੈ ਤੋਹਫਾ ਸਰ ਥਾਣ ਦੋਸਤਾਂ ਵੇਖਣੇ ਨੇ ਸੋਹਣੇ ਪਾਵਰਫੁਲ ਦੋਰੇ ਮੱਝਾਂ ਵਾਲੇ ਥਣ ਲੱਗੇ ਨੇ ਜਿਵੇਂ ਫਰਾ ਸਾਹਿਬ ਥਾਣ ਨਾ ਉਂਝ ਫਰਾ ਸਾਹਿਬ ਉਂਗਲ ਕੋ ਮੋਟੀ ਧਾਰ ਆਏਗੀ ਠੀਕ ਹੈ ਜੀ ਜਿੰਜ ਥਾਣ ਮੋਟੇ ਚਵਾਈ ਉਂਝ ਮੋਟੀ ਤੇ ਦੁੱਧ ਮੱਝਾਂ ਕੋ ਸਵੇਦ ਹੋਏਗਾ ਦਾ ਦੁੱਧ ਦੀ ਰੰਗਤ ਵੀ ਸਵੇਦ ਚੱਡੇ ਦੰਦ ਦੱਸਣ 16 ਕਿਲੋ ਦੱਸੋ ਤਾਂ ਭਜਦਾ ਹੈ ਲੇਕਿਨ ਜੇ ਦੁੱਧ ਆਉ ਦੱਸਣ ਦੇ ਜ਼ਿੰਦਾਬਾਦ ਕਿੰਨਾ ਦੱਸਿਆ ਜੇ ਦੁੱਧ ਦੱਸਿਆ 12 ਕਿਲੋ ਫਰਾ ਸਾਹਿਬ 12 ਕਿਲੋ ਮਾਸ਼ਾਅੱਲਾ ਜੀ ਚੱਡਾ 16 ਕਿਲੋ ਵਾਲਾ ਅਲਬਾਸ ਵੇਖ ਕੇ ਭਾਈ ਰੀ ਜ਼ਿਆਦਾ ਵੀ ਕਹਿ ਸਕਦੇ ਨੇ 12 ਕਿਲੋ ਦੁੱਧ ਦੱਸਿਆ ਮਾਸ਼ਾਅੱਲਾ ਜੀ ਫਰਾ ਸਾਹਿਬ ਨਸਲ ਇਹ ਵੀ ਉਹ ਦੱਸੀ ਤੈਨੂੰ ਅੱਗੇ ਵੀ ਮੈਂ ਤੁਹਾਨੂੰ ਜਿਹੜੀ ਨਸਲ ਦੱਸੀ ਇਹ ਵੀ ਸਾਈਵਾਲ ਤੇ ਬਲਾਤੀ ਕਰਾਸੇ ਮਜ਼ਬੂਤ ਗਰਮੀਆਂ ਦਾ ਖਾਸ ਤੋਹਫਾ ਤੋਹਫਾ ਜ਼ਿੰਦਾਬਾਦ A1 ਹੋ ਗਿਆ ਮਾਸ਼ਾਅੱਲਾ ਜੀ ਰੇਟ ਕੀ ਇਹਦਾ ਰੇਟ ਫਰਾ ਸਾਹਿਬ ਦਾ ਰੇਟ ਕਰੂੰ ਤਾਂ ਦੇਵਾਂਗੇ 260000 ਰੁਪਏ 260 55 ਕਰੋ 255 ਕਰੋ ਜੀ ਫਾਈਨਲ ਫਾਈਨਲ ਹੈਗਾ ਫਰਾ ਸਾਹਿਬ ਰੇਟ ਫਾਈਨਲ ਫਰਾ ਦਾ ਫਾਈਨਲ ਹੈਗਾ ਰੇਟ ਫਾਈਨਲ 255 ਫਾਈਨਲ ਹੋ ਗਿਆ ਲਿਆਓ ਜੀ ਆਪ ਸਭ ਅੱਗੇ ਨੰਬਰ 6 ਆ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 6 ਤੇ ਆ ਗਈ ਇਹ ਹੈ ਵੀ ਮੋਨੀ ਜੀ ਸਾਮਤ ਪਿਆਰੀ ਹੈ ਨਾ ਬਤੀ ਵੱਡੀ ਹੈ ਨਾ ਛੋਟੀ ਹੈ ਥਣ ਬੜੇ ਸੋਹਣੇ ਲੱਗੇ ਨੇ ਉਹ ਸਰਵੇ ਕਰਾਵੇ ਤਾਂ ਬਾਕੀ ਤੱਕ ਕਰਨੀ ਹੈ ਇਹ ਵੀ ਪੈਕੇਜ ਪੈਕੇਜ ਨਾ ਸਾਰੀਆਂ ਸਿਮਾਂ ਦਾ ਕਿ ਜਾਜ਼ੀਆਂ ਵਾਰਦ ਦਈਏ ਸਮਝੋ ਸਾਰਾ ਕਿੰਨਵਾ ਸੁਆ ਦਾ ਜਿਵੇਂ ਵੀ ਲੱਗਦੀ ਫਾਲਤੂ ਇਹ ਫਰਾ ਸਾਹਿਬ ਸੁਆ ਦੂਸਰਾ ਦਾ ਸੁਆ ਦੂਸਰਾ ਸੁਈ ਹੈ ਮਾਸ਼ਾਅੱਲਾ ਜੀ ਪ੍ਰਿੰਟ ਜ਼ਬਰਦਸਤ ਹੈ ਇਹ ਵੀ ਕੁਆਲਿਟੀ ਵਾਲੀ ਜਾ ਕੀ ਪਿੱਛੇ ਦੇ ਅੱਛੇ ਬੱਚੀ ਹੈ ਇਹ ਬੱਚੀ ਮਾਸ਼ਾਅੱਲਾ ਜੀ ਜਾ ਵੀ ਦੋਸਤਾਂ ਵੇਖਣਾ ਕਿੰਨੇ ਮਹੀਨੇ ਦੀ ਬੱਚੀ ਹੈ ਤਕਰੀਬਨ ਡੇਢ ਮਹੀਨੇ ਟੱਪਦੀ ਹੈ ਬਈ ਡੇਢ ਮਹੀਨੇ ਦੇ ਕੇ ਪਿੱਛੇ ਵੇ ਹਾਂ ਚੈੱਕ ਕਰੋ ਬੱਚੀ ਦੇ ਠੀਕ ਹੈ ਬੱਚੀ ਦੇ ਥਾਂ ਚੈੱਕ ਕਰਵਾਈਏ ਹਾਂ ਚੈੱਕ ਕਰੋ ਬੱਚੀ ਦੇ ਪਾਓ ਜ਼ਰਾ ਕੇ ਰਾਨੂੰ ਜੀ ਐ ਮਾਸ਼ਾਅੱਲਾ ਜੀ ਡੇਢ ਤੋਂ 2 ਮਹੀਨੇ ਲਾ ਲਓ ਜੀ ਫਰਾ ਸਾਹਿਬ 2 ਮਹੀਨੇ ਲਾ ਲਓ ਥਾਂ ਸੋਹਣੇ ਨਾਲ ਬੱਚੀ ਦੇ ਲਿਆਓ ਵੈੜ ਸੁਆ ਕਿੰਨਵਾ ਸੁਈ ਜੀ ਫਰਾ ਸਾਹਿਬ ਸੁਆ ਦੂਸਰਾ ਅਲਗਾ ਦੇ ਬੈਠੋ ਰਿਓ ਬਰੀਕ ਪਸ਼ਮ ਪ੍ਰਿੰਟ ਦੀ ਸ਼ਾਈਨਿੰਗ ਦੋਸਤਾਂ ਵੇਖ ਲੈਣੀ ਹੈ ਕਾਲੇ ਸੋਹਣੇ ਮਾਸ਼ਾਅੱਲਾ ਜੀ ਥਲ ਲੱਗੇ ਨੇ ਪਿੱਛੇ ਤੇ ਬੱਚੀ ਇਹ 2 ਮਹੀਨੇ ਤਕਰੀਬਨ ਹੋ ਗਏ ਨੇ ਦੁੱਧ ਕਿੰਨਾ ਕਿਹਦੇ ਕੋਲ ਫਰਾ ਸਾਹਿਬ ਦੋਵਾਂ ਟਾਈਮਾਂ 10 ਕਿਲੋ ਹੈ ਆਪ ਸਾਹਿਬ ਇੱਥੇ ਖਿਲਾ ਰਿਓ ਜ਼ਰਾ ਇੱਥੇ ਲੰਮੀ ਕਰਿਓ ਤੋ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ ਤਕਰੀਬਨ 10 ਕਿਲੋ ਜਾ ਤੇ ਹੁਣ ਚਾਰੇ ਹੀ ਖਾਂਦਾ ਹੋਣਾ ਵੇ ਬਿਲਕੁਲ ਜੀ ਚਾ ਬੱਚੇ ਨੇ ਇਹ ਸਾਰਾ ਮਤਲਬ ਹੈ ਮਾਸ਼ਾਅੱਲਾ ਜੀ ਇਹ ਜ਼ਰਾ ਥਣ ਦੋਸਤਾਂ ਨੂੰ ਸਾਈਡ ਤੋਂ ਚੈੱਕ ਕਰਵਾ ਦੇ ਲੈ ਚਲੋ ਸਰ ਨਸਲ ਕੀ ਭਾਈ ਫਸਲ ਸਾਹਿਬ ਦਾ ਨਸਲ ਦੇ ਚੋਲਸਤਾਨ ਦੀ ਫਰੀਜ਼ੀਅਨ ਕਰਾ ਲੈ ਫਰੀਜ਼ੀਅਨ ਤੇ ਚੋਲਸਤਾਨੀ ਮਜ਼ਬੂਤ ਕਰਾਸ ਗਰਮੀਆਂ ਦਾ ਤੋਹਫਾ ਰੇਟ ਸੋਨਾ ਜਿਆ ਪੈਕੇਜ ਵਾਲਾ ਪੈਕੇਜ ਭਰਾਉਣ ਜਾਂਗੇ 2,10,000 ਰੁਪਏ 2,00,000 ਤੇ 10,000 ਬੱਚੀ ਸਮੇਤ ਹੀ ਕੱਲੀ ਦਾ ਬੱਚੀ ਸਮੇਤ ਬੱਚੀ ਸਮੇਤ ਹੀ ਜ਼ਿੰਦਾਬਾਦ A1 ਹੋ ਗਿਆ ਉਹ ਨਹੀਂ ਫਰਾ ਸਭ ਜਿਵੇਂ ਲੱਗਾ ਜੇ 2,10 ਹੋ ਗਿਆ ਹੁਣ ਚਲੋ ਕਰ ਲਓ ਜਾਂ ਦੋ ਸਾਦੀ ਹੁਣ ਗੱਲ ਤੋਂ ਹਰ 2,05 ਹੋ ਗਿਆ 2,05 ਤੇ 1 ਰੁਪਿਆ ਵੀ ਥਲੇ ਨਾ ਕਰਿਓ ਕੀ ਹੋ ਗਿਆ ਵੈਸੇ 2,10 ਵੀ ਰੇਟ ਸੋਣਾ ਤੁਹਾਡਾ ਕਿਉਂਕਿ ਪਿੱਛੇ ਬੱਚੀ ਹੈ ਕੋਈ ਰੇਟ ਨਹੀਂ ਦਾ 2,05 ਆਪ ਸਭ ਨੇ ਫਿਰ ਵੱਡੇ ਖੜਾ ਕੀਤਾ ਨਾ ਸੱਚ ਦੱਸਿਆ ਹੈ ਪਿਛਲੀ ਵੀਡੀਓ 'ਚ ਦੋਸਤਾਂ ਨੇ ਖਰਚਾ ਘਟਿਆ ਆਪ ਸਭ ਦਾ ਲੈ ਲਿਆਓ ਜੀ ਨਹੀਂ ਨਹੀਂ ਹੈਗਾ ਪੂਰਾ ਠੜਾ ਜੀ ਨਾ ਵੀ ਉਹਦੇ ਪਾਸ ਮਾਲ ਚੰਗਾ ਉਹ ਦਿਨ ਤੋਰ ਯਾਰ ਇਹ ਝੋਟੀ ਹੈ ਕੀ ਇਹ ਕਾਲੀਆਂ ਅੱਖਾਂ ਨੇ ਵੱਡੀ ਜਸਾਮਤ ਤੇ ਦੋ ਅੱਖਾਂ ਦੀ ਰੰਗਤ ਵੀ ਸੇਮ ਹੈ ਇਹ ਵੀ ਬ੍ਰਾਂਡ ਹੈ ਜੀ ਝੋਟੀ ਗੱਬਣ ਹੀ ਸੂਈ ਹੈ ਸੂਈ ਫਰਾ ਸਾਹਿਬ ਕਿਦੋਂ ਦੀ ਫਰਾ ਸੂਈ ਨੇ 2.5 ਮਹੀਨੇ ਹੋ ਗਏ ਜੀ 2.5 ਮਹੀਨੇ ਹੋ ਗਏ ਨੇ ਮਾਸ਼ਾਅੱਲਾ ਜੀ ਥਾਣਵੀ ਦੋਸਤਾਂ ਵੇਖਣੇ ਨੇ ਦੁੱਧ ਕਿੰਨਾ ਕਿਹਦੇ ਕੋਲ ਕਿੰਨਾ 12 ਕਿਲੋ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ ਦੁੱਧ ਕੋਈ 12 ਕਿਲੋ ਵੇ ਪੁੱਠਾ ਵੀ ਦੋਸਤਾਂ ਵੇਖ ਲੈਣਾ ਚੰਗਾ ਚੌੜਾ ਪੁੱਠਾ ਵੇ ਵੱਡੀ ਜੀ ਸਾਮਤ ਆ ਵੇ ਜਾ ਪਿੱਛੇ ਦੇ ਜਾ ਕੀ ਹੈ ਕੱਟੀ ਆ ਪਿੱਛੇ ਦੇ ਕੱਟੀ ਮਾਸ਼ਾਅੱਲਾ ਜੀ ਕਰਮਲੀ ਆ ਵੀ ਦੋ ਨੇ ਸੁਆ ਕਿਨਵਾ ਹੈ ਭਾਈ ਫਸਲ ਸਾਹਿਬ ਦਾ ਦੂਸਰਾ ਦਾ ਸੁਆ ਦੂਸਰਾ ਚਿਹਰਾ ਦੋਸਤਾਂ ਵੇਖ ਲੈਣਾ ਝੋਡੀ ਪਿਓਰ ਨੀਲੀ ਦੀ ਹੈ ਬਰੀਕ ਚਮਰੀ ਦੀ ਹੈ ਕਾਲੀਆਂ ਅੱਖਾਂ ਨੇ ਦੋ ਅੱਖਾਂ ਦੀ ਰੰਗਤ ਵੀ ਸੇਮ ਹੈ ਮਾਸ਼ਾਅੱਲਾ ਜੀ
ਇਹ ਪਿੱਛੇ ਤੇ ਕੱਟੀ ਕਰਮ ਵਾਲੀਆਂ ਆ ਵੀ ਦੋਨੇ ਦੁੱਧ 12 ਕਿਲੋ ਲਿਆਓ ਆਪ ਸਾਹਿਬ ਇੱਧਰ ਨੂੰ ਜ਼ਰਾ ਲੰਮੀ ਢੋਲ ਕੇ ਲਿਆਓ ਥਾਣੀ ਦੋਸਤਾਂ ਚੱਕ ਰਹੀ ਮਾਸ਼ਾਅੱਲਾ ਜੀ ਜਸਾਮਾ ਦੋਸਤਾਂ ਵੇਖ ਲੈਣੀ ਹੈ ਕਾਦਾ ਬਾਰੇ ਇੱਕ ਹੀ ਝੋਟੀ 12 ਕਿਲੋ ਦੁੱਧ ਅਤੇ ਪਿੱਛੇ ਤੇ ਕੱਟੀ ਮਾਸ਼ਾਅੱਲਾ ਜੀ ਥਾਨੂੰ ਦੋਸਤਾਂ ਵੇਖ ਲੈਣੇ ਸੋਹਣੇ ਮੁੱਠੀ ਥਾਨ ਲੱਗੇ ਨੇ ਜੀ ਭਾਈ ਫਸਲ ਸਾਹਿਬ ਕੀ ਰੇਟ ਜੀ ਦਾ ਰੇਟ 5-7 ਦਾ ਨਾ ਸਮਝੋਗੇ ਤੇ ਜਾਂਦੀ ਹੈ ਪਿਛਲੀ ਵੀਡੀਓ ਤੋਂ ਮੈਂ 85 ਮੰਗਿਆ 2-85 ਇਹਨੇ 5 ਕਿਹੜਾ ਛੜਿਆ ਉਹ ਤੁਸਾਂ 5 ਕਿਹੜਾ ਛੜਿਆ ਉਹ ਬੰਦਾ ਜਿਹੜਾ ਭਾਈ ਆਇਆ ਲੈਣ ਸ਼ਗਰ ਤੋਂ ਉਹਨੇ ਆਖਿਆ ਤੂੰ ਮੈਨੂੰ ਛੱਡੋ 5 ਮੈਨੂੰ ਵੀ ਚੱਕੀ ਬੱਚਿਆ ਇਹ ਕੰਮ ਸ਼ੁਰੂ ਕੀਤਾ ਪੁੱਠਾ ਯਾਨੀ ਕਿ 5 ਤੇ 5 10 ਤੇ 5 15 ਸਭ ਇਹ ਕੋਈ ਗੱਲ ਕਮਾਈ ਕੋਈ ਕੋਈ ਹਾਂ ਕਰਨੀ ਭਰਾਉਣ ਖੁਸ਼ ਕਰਨਾ ਬਸ ਜ਼ਿੰਦਾਬਾਦ ਇਸੇ ਕੰਮ ਹੀ ਲੱਗਾ ਰਹੇ ਬਿਲਕੁਲ ਚੰਗਾ ਚੰਗਾ ਬਣਨਾ ਚਾਹੀਦਾ ਬਿਲਕੁਲ ਜੀ ਹਾਂਜੀ ਆਪ ਨੂੰ ਜੀ ਫੌਜੀ ਸਾਹਿਬ ਕੀ ਹਾਲ ਹੈ ਜੀ ਠੀਕ ਹੋ ਬੜੀ ਜੱਲਾ ਹੋਰ ਸਿਹਤ ਦੀ ਸੁਣਾਓ ਸਾਹ ਸੁਣਾਓ ਫਸਲ ਛਾ ਗਿਆ ਅੱਜ ਹੈ ਹਾਂਜੀ ਛਾ ਗਿਆ ਨਗਰਾਨੀ ਲੱਗਦਾ ਤੁਸੀਂ ਟੈਟ ਕੀਤੀ ਹੀ ਹੁਣ ਨਹੀਂ ਨਹੀਂ ਮੈਂ ਫਰੀ ਟੈਟ ਕੀਤੀ ਆ ਬੇਕੂ ਦੋਸਤਾਂ ਵਾਸਤੇ ਪੈਗਾਮ ਪੈਗਾਮ ਹੈ ਜੀ ਜਿਹੜੇ ਮੇਰੇ ਭਰਾ ਵੀਡੀਓ ਮੇਰੇ ਸਾਰਿਆਂ ਨੂੰ ਸਲਾਮ ਅਲੈਕੁਮ ਹੱਸਦੇ ਰਹਿਣ ਤੋਂ ਵੱਸਦੇ ਰਹਿਣ ਇਹ ਚੋਰੀ ਸਾਹਿਬ ਮਾਸਟਰ ਹੀ ਨੇ ਨਾ ਮੇਰੇ ਕੋਲ ਬੜਾ ਮਾਲ ਲਿਆ ਨਾ ਰਿਪੋਰਟ ਜੀ ਮਾਸਟਰ ਸਾਹਿਬ ਕੀ ਹਾਲ ਹੈ ਸ੍ਰੀ ਅੱਜ ਦੁਆਵਾਂ ਇਸ ਨਿਗਰਾਨੀ ਮੇਰਾ ਅਮਰ ਲਿਆ ਬਹੁਤ ਜ਼ਿਆਦਾ ਮਾਲ ਭਾਗ ਖਰੀਦਿਆ ਹਕੀਕਤ ਮਾਲ ਜੋ 10 ਦਿਨ ਹੋਈ ਹੁੰਦਾ ਬੰਦੇ ਵੀ ਪੂਰੇ ਭਾਈ ਆਦਮੀ ਨੂੰ ਗੁੱਡ ਆਫ ਸਾਫ਼ ਸੁਥਰਾ ਹਰ ਚੀਜ਼ ਕਲੀਅਰ ਹੁੰਦੀ ਹੈ 19-20 ਦਾ ਹੀ ਫਰਕ ਨਹੀਂ ਆਉਂਦਾ ਮਾਸ਼ਾਅੱਲਾ ਜੀ ਸਰ ਬਹੁਤ ਸ਼ੁਕਰੀਆ ਜੀ ਇਜਾਜ਼ਤ ਚਾਹੁੰਦੇ ਹਾਂ ਅੱਲਾ ਹਾਫਿਜ਼